ਆਗੂ ਨਹੀਂ ਹੈ ਕਿ ਲੋਕ ਮਰਦੇ ਆ ਤਾਂ ਮਰਨ, ਆਗੂ ਕਿਤੇ ਪਿੱਛੇ ਬੈਠੇ ਰਹਿਣ, ਉਹ ਆਗੂ ਨਹੀਂ ਰਹੇ ਭਰਾਵੋ। ਲੜਾਈ ਲੜ ਰਹੇ ਆ, ਪਰ ਇਹ ਗੱਲ ਪਹਿਲੇ ਦਿਨ ਕਿਹਾ ਸੀ, ਜਿੱਦੇ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ, ਜਿੱਦੇ ਪਿੰਡਾਂ ਚ ਤੁਹਾਡੇ ਵਿੱਚ ਫਿਰਦੇ ਸੀ ਕਿ WTO ਦੇ ਵਿੱਚੋਂ ਭਾਰਤ ਨੂੰ ਬਾਹਰ ਲਿਆਉਣ ਦੀ ਗੱਲ ਕਰਦੇ ਆ, ਮੇਰੇ ਦੋਸਤੋ ਤਾਕਤਾਂ ਉਸੇ ਵੇਲੇ ਅਮਰੀਕਾ ਵਰਗੀਆਂ ਤਾਕਤਾਂ ਨੇ ਇੱਥੇ ਆ ਕੇ ਇਹ ਮੋਟਾਰ ਵਗੈਰਾ ਚੱਲਣੇ ਅਤੇ ਚੱਲੇ ਨੇ। ਸੋ ਇਸ ਕਰਕੇ ਸਾਡਾ ਇਹ ਨੌਜਵਾਨ, ਜੇ ਉਸ ਸਮੇਂ ਦੀ ਗੱਲ ਕਰੀਏ, ਇੱਕ ਪਾਸੇ ਸਰਕਾਰ ਸਾਡੇ ਨਾਲ ਗੱਲਬਾਤ ਲਈ ਚਰਚਾ ਕਰ ਰਹੀ ਹੈ, ਸਾਡੇ ਨਾਲ ਵਿਚਾਰ ਚਰਚਾ ਕਰਦੀ ਹੈ ਕਿ ਜੀ ਅਸੀਂ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਹਾਂ, ਸਾਨੂੰ ਟਾਈਮ ਦੇ ਰਹੇ ਨੇ, ਤੇ ਦੂਜੇ ਪਾਸੇ ਬਿਲਕੁਲ ਸ਼ਾਂਤਮਈ ਢੰਗ ਨਾਲ ਬੈਠੇ ਸਾਡੇ ਇਸ ਬਾਰਡਰ ਤੇ, ਖਨੌਰੀ ਬਾਰਡਰ ਤੇ ਬੈਠੇ ਨੌਜਵਾਨਾਂ ਤੇ ਏਡੀ ਹੈਵੀ ਅਥਰੂ ਗੈਸਾਂ ਦਾ ਹਮਲਾ ਕੀਤਾ ਗਿਆ ਕਿ ਉਸ ਭਗਦੜ ਦੇ ਵਿੱਚੋਂ ਫਿਰ ਮਾਹੌਲ ਬਣਾਇਆ ਗਿਆ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ, ਸਾਡਾ ਨੌਜਵਾਨ ਸ਼ਹੀਦ ਕੀਤਾ ਗਿਆ। ਔਰ ਅਸੀਂ ਕਿਤੇ ਪੰਜਾਬ ਸਰਕਾਰ ਜਿਹੜੀ ਇਹ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਹਾਂ ਤੇ ਪੰਜਾਬ ਦੇ ਹਿਤੈਸ਼ੀ ਹਾਂ, ਅਸੀਂ ਇਹਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਗੱਲ ਦਾ ਪੱਲਾ ਨਾ ਝਾੜ ਕੇ ਬੈਠ ਜਿਓ ਕਿ ਜੀ ਅਸੀਂ FIR ਲੌਂਚ ਕਰਤੀ। ਠੀਕ ਹੈ, ਕੁਝ ਵਕੀਲਾਂ ਦੀ ਸਲਾਹ ਮਸ਼ਵਰੇ ਨਾਲ ਜਿਵੇਂ ਠੀਕ ਲੱਗਿਆ ਤੁਸੀਂ FIR ਲੌਂਚ ਕੀਤੀ ਆ, ਪਰ ਇੱਕ ਗੱਲ ਨਾ ਭੁੱਲਿਓ ਕਿ ਅਸੀਂ ਆਉਣ ਵਾਲੇ ਦਿਨਾਂ ਚੋਂ ਅਧਿਕਾਰੀ ਵਿੱਚ ਲੈਣੇ ਆ ਇਹਦੇ, ਜਿਹੜੇ ਅਧਿਕਾਰੀ ਦੇ ਹੁਕਮਾਂ ਦੇ ਨਾਲ ਸਾਡੇ ਉੱਤੇ ਨੌਜਵਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ, ਉਹ ਲੈਣੇ ਆ ਵਿੱਚ, ਭੁਲੇਖੇ ਚ ਨਾ ਰਹਿ ਜੇ ਕੋਈ, ਉਹ ਵਿੱਚ ਲਵਾਂਗੇ, ਤਕੜੇ ਹੋ ਕੇ ਲੜਾਈ ਲੜਾਂਗੇ, ਲੜਾਈ ਜਿੱਤਾਂਗੇ। ਇਹ ਵੀ ਕਲੀਅਰ ਹੈ ਕਿ ਜਦੋਂ ਲੜਾਈ ਮੇਰੇ ਮਿੱਤਰੋ ਇਰਾਦਿਆਂ ਨਾਲ ਲੜੀ ਜਾਂਦੀ ਹੁੰਦੀ ਹੈ, ਲੜਾਈ ਦਾਇਰਿਆਂ ਚ ਰੱਖ ਕੇ ਨਹੀਂ ਲੜੀ ਜਾਂਦੀ, ਇਰਾਦਿਆਂ ਨਾਲ ਲੜੀ ਜਾਂਦੀ ਹੈ। ਅਸੀਂ ਇਰਾਦਾ ਬਣਾ ਕੇ ਚੱਲੇ ਹਾਂ ਕਿ ਅਸੀਂ ਆਪਦੇ ਸਟੇਟ ਦਾ, ਆਪਦੇ ਦੇਸ਼ ਦਾ ਕਿਸਾਨ, ਇਹਦਾ ਬੱਚਾ, ਇਹਦਾ ਪੁੱਤ ਪੋਤਰੇ, ਇਹ ਜਿਉਂਦੇ ਰੱਖਣੇ ਨੇ, ਇਹਨਾਂ ਨੂੰ ਜਿਉਂਦਿਆਂ ਰੱਖਣ ਦੇ ਲਈ ਸਾਨੂੰ ਆਖਰੀ ਸਾਹ ਤੱਕ ਲੜਨਾ ਪਏਗਾ, ਲੜਾਂਗੇ ਮਿੱਤਰੋ ਅਖੀਰਲੇ ਸਾਹ, ਅਖੀਰਲੇ ਸਾਹ ਤੱਕ ਲੜਾਂਗੇ। ਮੇਰਾ ਖਿਆਲ ਹੈ ਤੁਹਾਡੇ ਤੋਂ ਬਹੁਤ ਸਾਰਿਆਂ ਨੂੰ ਪਤਾ ਹੋਣਾ ਹੈ, ਬਾਰ ਬਾਰ ਇਹ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ, ਐਡੀਆਂ ਭਿਆਨਕ ਬਿਮਾਰੀਆਂ ਨਾਲ ਲੜਦੇ ਹੋਣ ਦੇ ਬਾਵਜੂਦ ਮੈਦਾਨ ਚ, ਔਰ ਉਦੋਂ ਤੱਕ ਮੈਦਾਨ ਚ ਰਹਾਂਗੇ ਜਦੋਂ ਮੇਰੇ ਦੇਸ਼ ਦਾ ਕਿਸਾਨ, ਮੇਰੇ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂ ਹੋ ਜਾਂਦਾ, ਆਖਰੀ ਦਮ ਤੱਕ ਲੜਾਂਗੇ। ਸੋ ਜਿਹੜੀ ਗੱਲ ਬਹੁਤ ਸਾਰੇ ਲੋਕਾਂ ਵੱਲੋਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ, ਬਸ ਫੂਲ ਸਾਹਿਬ ਹੋ ਰਿਹਾ ਨੇ, ਪੰਧੇਰ ਸਾਹਿਬ ਨੇ ਗੱਲਾਂ ਸਪਸ਼ਟ ਕਰਤੀਆਂ, ਨੈਰੇਟਿਵ ਸਿਰਜਣ ਵਾਲੇ ਤਾਂ ਭਰਾਵੋ ਸਿਰਜਦੇ ਹੁੰਦੇ ਨੇ, ਬਹੁਤ ਸਾਰੇ ਵਿਚਾਰਧਾਰਾਂ ਦੇ, ਬਹੁਤ ਸਾਰੀਆਂ ਵਿਚਾਰਧਾਰਾਵਾਂ ਦੇ ਬੁੱਧੀਜੀਵੀ ਬਣੇ ਬੈਠੇ ਹੁੰਦੇ ਨੇ, ਉਹ ਤਰ੍ਹਾਂ ਤਰ੍ਹਾਂ ਦੇ ਲੈਕਚਰ, ਤਰ੍ਹਾਂ ਤਰ੍ਹਾਂ ਦੇ ਲੇਖ ਲਿਖਣਗੇ,
ਪਰ ਇੱਕ ਗੱਲ ਯਾਦ ਰੱਖਿਓ, ਲੜਾਈ ਆਪਣੀਆਂ, ਲੜਾਈ ਕਿਸਾਨ ਦੀ ਹੈ, ਲੜਾਈ ਕਮੇਰਾ ਜਮਾਤ ਦੀ ਹੈ, ਲੜਾਈ ਕਿੱਤੇ ਕਰਨ ਵਾਲੇ ਲੋਕਾਂ ਦੀ ਹੈ। ਔਰ ਉਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਇਹ ਅਖੀਰ ਤੱਕ ਲੜਾਈ ਨੂੰ ਜਾਰੀ ਰੱਖਣਾ ਪੈਣਾ।